ਹਾਂਜੀ ਭਾਈ, ਕੀ ਨਾਮ ਹੈ ਆਪਣਾ? ਮੇਰਾ ਨਾਮ ਰੋਟੇਰੀਅਨ ਮਨੋਜ ਹੋਰੀ ਹੈ ਜੀ। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਤੋਂ ਮੈਂ ਪਾਸਟ ਪ੍ਰੈਜ਼ੀਡੈਂਟ ਹਾਂ। ਅੱਜ ਮਿਸਿਜ਼ ਨੇ, ਆਂਟੀ ਜੀ ਨੇ ਸਾਨੂੰ 5100 ਦਾ ਚੈੱਕ ਜਿਹੜਾ ਹੈਗਾ ਕੋਰਨੀਆ ਟ੍ਰਾਂਸਪਲਾਂਟ ਵਾਸਤੇ ਦਿੱਤਾ। ਇਹਨਾਂ ਨੇ ਇਹ ਚੈੱਕ ਜਿਹੜਾ ਆਪਣੇ ਬ੍ਰਦਰ ਸ਼੍ਰੀ ਰਮੇਸ਼ ਕੁਮਾਰ ਜੀ, ਜਿਹੜੇ ਕਿ ਰਮੇਸ਼ ਚੰਦਰ ਜੀ, ਜਿਨ੍ਹਾਂ ਦੇ ਨਾਮ 'ਤੇ ਹੀ ਰਮੇਸ਼ ਨਗਰ ਬਣਿਆ ਹੈਗਾ, ਔਰ ਉਹ 1965 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ, ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਮੈਂ ਹਰ ਸਾਲ ਉਹਨਾਂ ਦੇ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਸ ਦਿਨ ਤੋਂ ਮੈਂ ਇੱਕ ਕੋਰਨੀਆ ਟ੍ਰਾਂਸਪਲਾਂਟ ਬੰਦੇ ਲਈ ਖਰਚਾ ਦਿਆ ਕਰੂੰਗੀ। ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਅਦਾ ਕਰਦੇ ਹਾਂ ਵੀ ਇਹਨਾਂ ਦੀ ਇਹ ਜਿਹੜੀ ਇੱਕ ਰਾਸ਼ੀ ਹੈ ਬਹੁਤ ਵੱਡੀ ਸਾਡੇ ਲਈ ਹੈਗੀ ਹੈ, ਔਰ ਸਾਡੀ ਇਹ ਸੰਸਥਾ ਲਈ ਸਾਡੇ ਲਈ ਸੁਭਾਗਯ ਹੈ ਵੀ ਇੱਦਾਂ ਦੇ ਸਦੱਸਯ ਸਾਡੇ ਨਾਲ ਇਸ ਕੰਮ ਲਈ ਜੁੜ ਰਹੇ ਨੇ, ਔਰ ਇਹਦੇ ਨਾਲ ਕਿਸੇ ਦੀ ਅੰਧੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲੇਗੀ। ਰਮੇਸ਼ ਨਗਰ ਜਿਹੜਾ ਆ, ਇਹ ਕਿੱਥੇ ਪੈਂਦਾ? ਰਮੇਸ਼ ਨਗਰ ਜਿਹੜਾ ਹੈ ਜੀ, ਇਹ ਹਰੀ ਨਗਰ ਦੇ ਕੋਲ ਜਾਂ ਬਾਲਕ੍ਰਿਸ਼ਨ ਰੋਡ ਦੇ ਉੱਪਰ ਜਿਹੜਾ ਹੈਗਾ ਉੱਥੇ ਦਾ। ਹਾਂਜੀ ਮੈਡਮ, ਕੀ ਨਾਮ ਹੈ ਆਪਣਾ? ਮੇਰਾ ਨਾਮ ਸੰਗੀਤਾ ਰਾਣੀ ਮਹਿਤਾ ਹੈ। ਅੱਜ ਤੁਹਾਨੂੰ ਕਿੱਦਾਂ ਦਾ ਪ੍ਰਾਊਡ ਫੀਲ ਹੋ ਰਿਹਾ ਕਿ ਆਪਾਂ ਇੱਥੇ ਚੈੱਕ ਜਿਹੜਾ ਦੇ ਰਹੇ ਆਪਣੇ? ਹਾਂਜੀ ਹਾਂਜੀ, ਮੈਨੂੰ ਬਹੁਤ ਅੱਛਾ ਲੱਗਦਾ ਪਿਆ, ਔਰ ਕਾਫੀ ਮੈਂ ਗਰਵ ਮਹਿਸੂਸ ਕਰਦੀ ਪਈ ਹਾਂ। ਹੋਰ ਜਿਹੜੇ ਤੁਹਾਡੇ ਏਜ ਦੇ ਇੱਦਾਂ ਦੇ ਹੈਗੇ ਲੇਡੀਜ਼ ਜਾਂ ਜੈਂਟਸ ਤੁਹਾਡਾ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਇਸ ਦਿਹਾੜੇ ਤੇ? ਅੱਜ ਦੇ ਇਸ ਦਿਹਾੜੇ 'ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਵੇਲੇ ਵੀ ਤੁਹਾਨੂੰ ਕਦੀ ਵੀ ਕਿਸੇ ਦੀ ਸਹਾਇਤਾ ਕਰਨ ਦੀ ਮੌਕਾ ਮਿਲਦਾ ਤਾਂ ਤੁਹਾਨੂੰ ਜ਼ਰੂਰ ਉਹਦੀ ਸਹਾਇਤਾ ਟਾਈਮ ਟੂ ਟਾਈਮ ਕਰਨੀ ਚਾਹੀਦੀ ਹੈ। ਕੀ ਕਹਿਣਾ ਚਾਹੋਗੇ? ਮੈਂ ਕਿਹਾ ਅੱਜ ਬੜਾ ਹੀ ਸੌਭਾਗਯ ਵਾਲਾ ਦਿਨ ਹੈ। ਅੱਜ 20 ਸਪਤੰਬਰ ਨੂੰ ਸਾਡੇ ਆਪਣੇ ਜਿਹੜਾ ਮੁਹੱਲੇ ਦਾ ਨਾਮ ਰਮੇਸ਼ ਨਗਰ ਹੈ, ਉਹ ਅੱਜ ਦੇ ਦਿਨ ਚਾਈਨਾ ਦੀ ਲੜਾਈ ਦੇ ਨਾਲ ਸ਼ਹੀਦ ਹੋਏ ਸੀਗੇ ਲੜਾਈ ਦੇ ਵਿੱਚ। ਅੱਜ ਉਹਨਾਂ ਦਾ ਅੱਜ ਦਿਨ ਹੈ। ਉਸ ਦਿਨ ਦੇ ਉੱਤੇ ਉਹਨਾਂ ਦੀ ਸਿਸਟਰ ਸੰਗੀਤਾ ਮਹਿਤਾ ਜੀ ਨੇ ਰੋਟਰੀ ਕਲੱਬ ਨੂੰ ਛੋਟੀ ਜਿਹੀ ਰਾਸ਼ੀ, ਛੋਟੀ ਨਹੀਂ ਮੈਂ ਤਾਂ ਕਹਾਂ, ਬਹੁਤ ਜ਼ਿਆਦਾ ਵੱਡੀ ਰਾਸ਼ੀ ਦੇ ਕੇ ਡੋਨੇਟ ਕੀਤੀ ਹੈ ਤਾਂ ਕਿ ਕੁਛ ਜਿਹੜਾ ਨੂੰ ਬਲਾਇੰਡ ਬੱਚੇ ਆ ਜਾਂ ਜਿਹਨਾਂ ਨੂੰ ਬਲਾਇੰਡ ਨਹੀਂ ਦਿਖਦਾ ਉਹਨਾਂ ਦਾ ਓਪਰੇਟ ਕੀਤਾ ਜਾ ਸਕੇ। ਔਰ ਉਹ ਕਹਿ ਰਹੇ ਨੇ ਉਹ ਹਰ ਸਾਲ ਇਹੋ ਜਿਹੇ ਆਪਣੇ ਭਰਾ ਦੇ ਨਾਮ ਦੇ ਉੱਤੇ ਅੱਜ ਦੇ ਦਿਨ ਮਨਾਉਣਗੇ। ਧੰਨਵਾਦ ਜੀ। ਹਾਂਜੀ ਭਾਈ, ਕੀ ਨਾਮ ਹੈ ਆਪਣਾ? ਮੇਰਾ ਨਾਮ ਸੁਨੀਲ ਦੱਤ ਪ੍ਰਾਸ਼ਦ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਅੱਜ ਇਸ ਸਨਮਾਨ ਸਮਾਰੋਹ 'ਚ ਮੈਨੂੰ ਆਉਣ ਦਾ ਮੌਕਾ ਮਿਲਿਆ, ਬੜੀ ਫਖਰ ਦੀ ਗੱਲ ਹੈ। ਸ਼ਹੀਦਾਂ ਦੇ ਨਾਮ 'ਤੇ ਜਿਹੜੇ ਮੁਹੱਲਿਆਂ ਦੇ ਨਾਮ ਰੱਖਿਆ ਗਿਆ, ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਯਾਦ ਕਰਨ ਦਾ ਇੱਕ ਬਹੁਤ ਹੀ ਬਿਹਤਰੀਨ ਮੌਕਾ ਮਿਲਦਾ। ਉਹਨਾਂ ਦੀ ਯਾਦ 'ਚ ਜਿਹੜਾ ਵੀ ਉਹਨਾਂ ਦੀ ਸ਼ਹੀਦੀ ਦਾ ਦਿਨ ਹੈ, ਇਸ ਮੁਹੱਲੇ ਦਾ ਨਾਮ ਸ਼ਹੀਦ ਰਮੇਸ਼ ਨਗਰ, ਕਿਸੇ ਕੋਈ ਵੀ ਲੰਘਦਾ ਉੱਦਾਂ ਮੁਹੱਲਿਆਂ ਦੇ ਨਾਮ ਆ, ਪਰ ਸ਼ਹੀਦ ਰਮੇਸ਼ ਨਗਰ ਦਾ ਨਾਮ ਰੱਖ ਕੇ ਉਹਨਾਂ ਨੂੰ ਜੋ ਸਨਮਾਨ ਦਿੱਤਾ ਗਿਆ ਉਹ ਇਸ ਪਰਿਵਾਰ ਲਈ ਬਹੁਤ ਵੱਡਾ ਇੱਕ ਮਾਣ ਹੈ। ਔਰ ਇਹ ਪਰਿਵਾਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਗੇ ਦੇਖੋ ਬਲਾਇੰਡ ਬੱਚਿਆਂ ਲਈ ਅੱਜ ਰੋਟਰੀ ਕਲੱਬ ਨੂੰ ਇੱਕ ਚੈੱਕ ਦੇ ਰਹੇ ਆ, ਔਰ ਉਹਨਾਂ ਦੀ ਯਾਦ ਨੂੰ ਅੱਗੇ ਰੂਟੀਨ ਬਣਾਇਆ, ਉਹਦੇ ਲਈ ਇੱਕ ਸਾਡੇ ਸਮਾਜ ਲਈ ਇੱਕ ਬਹੁਤ ਵੱਡੀ ਗੱਲ ਹੈ।